سب ضرورتا پوریا میریا لوکی تک دے لیا بھکنا میرے میں تک دا رحمتا تیریا ਚਮਕੌਰ ਸਿੰਘ ਜੀ ਕਲਿਆਣ ਸਾਹਿਬ ਮੰਡੀ ਰੋੜਾ ਵਾਲੀ ਤੋਂ ਇੱਕ ਵੀਰ ਦਹੀਂ ਵੇ ਰਬਾ ਚਿਤ ਰੱਖੜੀ ਬਨਨ ਨੂੰ ਕਰਦਾ ਆਪਣੇ ਸਮੇਂ ਚ ਪੂਰੀਆਂ ਗਰਦਾਂ ਠਾਉਣ ਵਾਲੇ ਚਮਕੌਰ ਸਿੰਘ ਜੀ ਕਲਿਆਣ ਸਾਹਿਬ ਸਹੇਲੇ ਵਾਲਾ ਕਾਫੀ ਧਾਰਮਿਕ ਟੀਪਾਂ ਇਹਨਾਂ ਨੇ ਤੁਹਾਡੀ ਸਰੋਤਿਆਂ ਦੀ ਕਚਹਿਰੀ ਚ ਰੱਖੀਆਂ ਔਰ ਮੇਰੀ ਵੀ ਜਿਹੜੀ ਸਟਾਰਟਿੰਗ ਹੋਈ ਉਹ ਇਥੋਂ ਹੋਈ ਆ ਮੈਂ ਕਦਰਦਾਨ ਰਹੂੰਗਾ ਸਦਾ ਪੀਰ ਪਾਸ਼ਾ ਇਹੋ ਜਿਹੇ ਉਸਤਾਦ ਇਹੋ ਜਿਹੇ ਬਾਬੇ ਸਭ ਨੂੰ ਬਖਸ਼ੇ ਲਓ ਜੀ ਵੇ ਦੁਨੀਆ ਦਾ ਜੱਗ ਉੱਤੇ ਵਸਦੀ ਬਥੇਰੀ ਚੱਲ ترجمة
جودھپوری صاحب جنہاں دے کافی کلاکاراں نے گیت گائے بہت بہت مہربانی شکریہ میری بہناں میری تیاں مان سنمان کر کے گئیاں اور ویرا والوں وی جنہاں دے کافی کلاکاراں نے گیت گائے ایک تسی ہول سنیا ہونا خاص کر کے جواکاں دے تاں منہ تے چڑھے سی گا جے تو ولگے بلونگڑا لجانا نہیں ساڈے کرے بلی سوئی ہے ہاں او بلی والا وی ایتھے کھڑا ہے ਮੈਦਾ ਆਖਿਆ ਸੀਗਾ ਭਾਈ ਆ ਜਾ ਕਹਿੰਦਾ ਕਿਰਾ ਕੋ ਨਹੀਂ ਤੁਰ ਫਿਰ ਕੇ ਮੇਲਾ ਵੇਖ ਲੈਂਦੇ ਉਸ ਤੋਂ ਬਾਅਦ ਆਉਣਾ ਤੇ ਭਾਈ ਜੀ ਨੂੰ ਬੁਲਾਉਂਗਾ ਮੈਂ ਤਾਪਾ ਪਿਆਰ ਵਧਾਉਣਾ ਸਿਰਫ ਕਲਾਕਾਰ ਦੀ ਰੂਹ ਦੀ ਖਰਾਕ ਤਾੜੀ ਹੁੰਦੀ ਹੈ ਕਿਉਂਕਿ ਉਹ ਗਰਮੀ ਦੇ ਵਿੱਚ ਵਾਜੇ ਤਾਂ ਬਹੁਤ ਵਧੀਆ ਹੈ ਮੈਨੂੰ ਵੀ ਪਤਾ ਲੱਗ ਜੇ ਵੀ ਅਸੀਂ ਕੰਨੇ ਕਿਤੇ ਉਹੀ ਤਾਰੇ ਮੁੜਕੋ ਮੁੜਕੀ ਹੋਈ ਜਾਂਦੇ ਇਹਨਾਂ ਨੂੰ ਸਵਾਦ ਵੀ ਆਉਂਦਾ ਬਾਕੀ ਮੇਰੇ ਵਾਰੀ ਭਰਾਓ ਆਦੀ ਘੱਟ ਮਾਰ ਦਿਓ ਜਿਹਦੀ ਖਾਤਰ ਆਏ ਹੋ ਤੁਸੀਂ ਉਹਦੇ ਵਾਸਤੇ ਮਾਰ ਦਿਓ ਪੀਰ ਫਕੀਰਾਂ ਦੇ ਦਰਗਾਹਾਂ ਤੇ ਮੇਲੇ ਲੱਗਦੇ ਆ ਇਹ ਮੇਲੇ ਜਾਂਦੀਆਂ ਰੂਹਾਂ ਦੇ ਹੁੰਦੇ ਆ ਮੈਂ ਬਾਹਲਾ ਸਮਾਂ ਨਹੀਂ ਲੈਂਦਾ ਕਿਉਂਕਿ ਸੈਕਟਰੀ ਨੂੰ ਕਿੱਡੀ ਕਿੱਚੀ ਚੰਗਾਈਆਂ ਚੜੀ ਜਾਂਦੀਆਂ ਵਿਚਾਰੇ ਨੂੰ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਿਕਾਰ ਸਾਡੀਆਂ ਭੈਣਾਂ ਵੱਲੋਂ ਸਾਡੇ ਵੀਰਾਂ ਵੱਲੋਂ ਜੱਗਾ ਸਿੰਘ ਜੀ ਕਾਮਰੇਡ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਿਕਾਰ ਆਇਆ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਵੀਰਾਂ ਨੇ ਇਹਨਾਂ ਗੀਤਾਂ ਤੋਂ ਖੁਸ਼ ਹੋ ਕੇ ਮਾਣ ਸਤਿਕਾਰ ਭੇਜਿਆ ਸੋ ਜਿਹੜੇ ਮੇਰੇ ਪਿੱਛੇ ਬਾਈ ਖੜੇ ਆ ਇੱਕ ਦੂਜੇ ਨੂੰ ਮੋਢੇ ਜੇ ਮਾਰੀ ਜਾਂਦੇ ਆ ਕਹਿੰਦੇ ਯਾਰ ਇਹ ਤਾਂ ਇਕੱਲਾ ਹੀ ਗਾਉਣ ਲੱਗ ਗਿਆ ਕਿਤੇ ਇਕੱਲੇ ਇਕੱਲੇ ਤਾਂ ਨਹੀਂ ਗਾਉਂਦੇ ਨਹੀਂ ਬਾਈ ਜੀ ਕੱਢ ਦਿਓ ਦਿਲ ਦਾ ਵਹਿਮ ਇਕੱਲੇ ਇਕੱਲੇ ਨਹੀਂ ਗਾਉਂਦੇ ਦੁਗਾਣੇ ਸ਼ੁਰੂ ਕਰਨ ਲੱਗੇ ਆ ਜਿਹਨਾਂ ਦੁਗਾਣਿਆਂ ਨੂੰ ਤੁਸੀਂ ਬਹੁਤ ਪਿਆਰ ਮਾਣ ਸਤਿਕਾਰ ਬਖਸ਼ਿਆ ਠੀਕ ਹੈ ਦੁਗਾਣੇ ਸ਼ੁਰੂ ਕਰੋਗੇ ਉਸ ਤੋਂ ਪਹਿਲਾਂ ਇੱਕ ਸੁਣੋ ਗੀਤ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਬਹੁਤ ਮਾਣ ਸਤਿਕਾਰ ਬਖਸ਼ਿਆ ਦੁਗਾਣਿਆਂ ਦੇ ਬਾਦਸ਼ਾਹ ਜਨਾਬ ਸ਼ਰਦਾ ਬਰਾੜ ਕਰਨਪ੍ਰੀਤ ਜੀ ਕਹਿੰਦੇ ਸੱਜਰੀ ਲਿਖੀ ਕਵਾਲੀ ਵਰਗੀ ਫੁੱਲਾਂ ਲੱਦੀ ਡਾਲੀ ਵਰਗੀ ਖੇਤਾਂ ਦੀ ਖੁਸ਼ਹਾਲੀ ਵਰਗੀ ਦਿਲ ਚੜ੍ਹਦੇ ਦੀ ਲਾਲੀ ਵਰਗੀ ਸੋ ਨੌਜਵਾਨ ਦਿਲਾਂ ਦੀ ਧੜਕਣ ਮੇਰੀ ਬਰਾਤ ਮੈਡਮ ਕਰਨਪ੍ਰੀਤ ਸੁਣੋ ਕਿ ਲੈ ਕੇ ਹਾਜ਼ਰ ਨੇ ਹਾਂਜੀ ਸਤਿ ਸ਼੍ਰੀ ਅਕਾਲ
ਮੇਰੇ ਰੱਬ ਵਰਗੇ ਸਰੂਪ ਤੇ ਮੇਰੇ ਵੀਰ ਮੇਰੀਆਂ ਭੈਣਾਂ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਆ ਕਿ ਸਾਡੀ ਜੋੜੀ ਨੂੰ ਸਾਡੇ ਆਏ ਹੋਏ ਗੀਤਾਂ ਨੂੰ ਤੁਸੀਂ ਝੋਲੀਆਂ ਭਰ ਭਰ ਪਿਆਰ ਦਿੱਤਾ ਮੈਂ ਤੁਹਾਡੀ ਸਦਾ ਰਹੀ ਰਵਾਂਗੀ ਇੱਕ ਸੋਲੋ ਗੀਤ ਨਾਲ ਹਾਜ਼ਰੀ ਲਵਾਉਣ ਲੱਗੀ ਆ ਜੀ ਇੱਕ ਗੱਭਰੂ ਕੈਂਠਿਆਂ ਵਾਲਾ ਭਾਵੇਂ ਮੇਰਾ ਦਿਲ ਲੈ ਗਿਆ ਇੱਕ ਗੱਭਰੂ ਕੈਂਠਿਆਂ ਵਾਲਾ ਤੁਹਾਡੀ ਨਜ਼ਰ ਹਲੇ 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 ਜਿੰਦ ਤੋਂ ਵੀ ਗਈ ਨਹੀਂ ਮੈਂ ਜਾਨ ਤੋਂ ਵੀ ਗਈ ਸੋ ਮੇਲਾ ਇੱਕ ਉਹ ਰੂਹਾਂ ਦੀ ਮਿਲਾਪ ਹੈ ਜਿੱਥੇ ਰਿਸ਼ਤੇਦਾਰ ਦੋਸਤ ਮਿੱਤਰ ਭੈਣ ਭਰਾ ਯਾਰ ਮਿੱਤਰ ਦੂਰ ਦੂਰ ਤੋਂ ਇਸ ਬਹਾਨੇ ਨਾਲ ਇਕੱਠੇ ਹੋ ਜਾਂਦੇ ਆ ਤੇ ਜਦੋਂ ਰੂਹਾਂ ਦਾ ਮੇਲ ਹੁੰਦਾ ਤਾਂ ਉਹਨੂੰ ਮੇਲੇ ਦਾ ਖਿਤਾਬ ਦਿੱਤਾ ਜਾਂਦਾ ਹੈ ਮੇਲਾ ਵੇਲੀਆਂ ਦਾ ਯਾਰਾਂ ਵੇਲੀਆਂ ਦਾ ਪੈਸੇ ਧੇਲੀਆਂ ਦਾ ਤੇ ਜਾਨਾਂ ਵੇਲੀਆਂ ਦਾ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਅੱਜ ਜਿਹੜੇ ਵੀ ਇਸ ਮੇਲੇ 'ਚ ਆਏ ਆ ਇਹ ਤਾੜੀਆਂ ਦੇ ਬਹੁਤ ਫਾਇਦੇ ਹੁੰਦੇ ਆ ਤੁਹਾਡੇ ਵਾਸਤੇ ਵੀ ਬਹੁਤ ਫਾਇਦਾ ਹੈ ਇੱਕ ਤਾਂ ਜਦੋਂ ਤਾੜੀ ਮਾਰ ਦਿਓ ਤਾਂ ਜਿਹੜਾ ਕੋਈ ਨਾਲ ਬੰਦਾ ਸੁਸਤੀ ਜੀ ਪਾਈ ਜਾਂਦਾ ਉਹ ਵੀ ਐਕਟਿਵ ਹੋ ਜਾਂਦਾ ਕਈ ਵਾਰੀ ਮੇਰੇ ਵਰਗਾ ਐਵੇਂ ਨਾਲ ਬੈਠਾ ਅੱਖਾਂ ਹੀ ਮੀਚੀ ਜਾਂਦਾ ਰਾਤ ਦਾ ਨੀਂਦਰਾ ਹੁੰਦਾ ਆਪਦੇ
ਦੀ ਅਲਕ ਸਿੱਟੀ ਜਾਂਦਾ ਸਭ ਤੋਂ ਪਹਿਲਾ ਫਾਇਦਾ ਤਾੜੀ ਮਾਰਨ ਦਾ ਦੂਜਾ ਫਾਇਦਾ ਤਾੜੀ ਮਾਰਨ ਦਾ ਵੀ ਜਿੰਨੇ ਵਾਰੀ ਆਪਾਂ ਹੱਥ ਜੋੜਦੇ ਆ ਉਨੇ ਵਾਰੀ ਉਸ ਪ੍ਰਮਾਤਮਾ ਦੇ ਦਰਗਾਹ 'ਚ ਹਾਜ਼ਰੀ ਲੱਗਦੀ ਹੈ ਤੇ ਤੀਜਾ ਜਿਹੜਾ ਸਭ ਤੋਂ ਵੱਡਾ ਫਾਇਦਾ ਸਾਨੂੰ ਹੈ ਕਿਉਂਕਿ ਥੋੜੀਆਂ ਜਿਹੜੀਆਂ ਤਾੜੀਆਂ ਸਾਨੂੰ ਦੇਸੀ ਘਿਓ ਵਾਂਗੂ ਲੱਗਦੀਆਂ ਹੈ ਤੁਹਾਨੂੰ ਪਤਾ ਅੱਜ ਕੱਲ੍ਹ ਦੇਸੀ ਘਿਓ ਪਹਿਲੀ ਗੱਲ ਤਾਂ ਮਿਲਦਾ ਨਹੀਂ ਮਿਲ ਜਾਵੇ ਖਾਦਾ ਨਹੀਂ ਜਾਂਦਾ ਖਾਦਾ ਜਾਵੇ ਤਾਂ ਪਚਦਾ ਨਹੀਂ ਜੇ ਪਚ ਜੇ ਤਾਂ ਬੰਦਾ ਪਚਦਾ ਨਹੀਂ ਕਿਉਂ ਦਾ ਹਾਲ ਅੱਜ ਕੱਲ੍ਹ ਇਹ ਹੋਇਆ ਪਿਆ ਸੋ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਬਾਬਾ ਮੇਜਰ ਜੀ ਦਾਣੇ ਵਾਲੇ ਵਾਲੇ ਸਾਡੇ ਵਿਚਕਾਰ ਪਹੁੰਚੇ ਨੇ ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਸੋ ਮੇਰੇ ਛੋਟੇ ਫਾਦਰ ਸਾਹਿਬ ਮੇਰੇ ਛੋਟੇ ਪਾਪਾ ਜੀ ਮੇਰੇ ਡੈਡੀ ਦੇ ਮੇਰੇ ਡੈਡੀ ਦੇ ਛੋਟੇ ਬ੍ਰਦਰ ਨੇ ਮੇਰੇ ਚਾਚਾ ਜੀ ਦੇ ਚਮਕੌਰ ਸਿੰਘ ਜੀ ਸਹੇਲੇ ਵਾਲਾ ਸੋ ਅਸੀਂ ਇਹਨਾਂ ਦੀ ਗੋਦ 'ਚ ਹੀ ਇਹਨਾਂ ਤੋਂ ਹੀ ਸਾਰਾ ਕੁਛ ਸਿੱਖਿਆ ਇਹਨਾਂ ਨੂੰ ਵੇਖ ਵੇਖ ਕੇ ਸਿੱਖਿਆ ਅੱਜ ਇਹਨਾਂ ਦੀ ਬਦੌਲਤ ਤੁਹਾਡੇ ਸਾਹਮਣੇ ਖੜੇ ਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰੋ ਆਪਣੇ ਆਪਣੇ ਮਾਂ ਪਿਓ ਦੇ ਨਾਂ 'ਤੇ ਤਾੜੀ ਮਾਰੋ ਮੇਰੇ ਵੀਰ ਜਿੰਨਾ ਕੁ ਮਾਂ ਪਿਓ ਨੂੰ ਪਿਆਰ ਕਰਦੇ ਹੋ ਖੜੇ ਆ ਜਿਹੜੇ ਬੈਠੇ ਆ ਵੈਰੀ ਗੁੱਡ ਕਿਆ ਬਾਤ ਆ ਥੈਂਕ ਯੂ ਸੋ ਆਓ ਇੱਕ ਮੇਰੇ ਕੋਲੇ ਆ ਮੋਬਾਈਲ ਆਇਆ ਵੈਸੇ ਤਾਂ ਬਾਈ ਨੇ ਵੇਖ ਹੀ ਲਿਆ ਹੋਣਾ ਇਹ ਐਂ ਨਹੀਂ ਮਿਲਣਾ ਵੀਰੇ ਪੈਸੇ ਲੱਗਣਗੇ ਕਿੰਨੇ ਦੇ ਕੇ ਜਾਏਗਾ ਹੈ ਤਾੜੀ ਮਾਰ ਦਿਓ ਹੋਰ ਕੋਈ ਆ ਕੇ ਮੈਨੂੰ ਕਹਿ ਦੇ ਮੋਬਾਈਲ ਦੇ ਦੇ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਆਲਾ ਵੀਰੇ ਥੈਂਕ ਯੂ ਮਿਹਰਬਾਨੀ ਸੋ ਆਓ ਅਗਲੇ ਦੁਗਾੜਿਆਂ ਦੀ ਲੜੀ ਸ਼ੁਰੂ ਕਰਨ ਲੱਗੇ ਲੈ ਕੇ ਹਾਜ਼ਰ ਨੇ ਜਨਾਬ ਸ਼ਿੰਦਾ ਬਰਾੜ ਮੈਡਮ ਕਰਨਪ੍ਰੀਤ ਜੀ ਐਸੇ ਮੇਲੇ ਦੀ ਉਸੇ ਤਰ੍ਹਾਂ ਗੱਲ ਕਰਨ ਜਾ ਰਹੇ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਵਿਛੜੇ ਰੂਹਾਂ ਦਾ ਮਿਲਾਪ ਮੇਲਿਆਂ 'ਚ ਹੀ ਹੁੰਦਾ ਸੋ ਆਓ ਬਾਕੀ ਦੀਆਂ ਗੱਲਾਂ ਗੀਤ ਰਾਹੀਂ ਦੱਸਣ ਜਾ ਰਹੇ ਨੇ ਜਨਾਬ ਸ਼ਿੰਦਾ ਬਰਾੜ ਮੈਡਮ ਕਰਨਪ੍ਰੀਤ ਮੈਸ਼ਾਂ ਤਾਂ ਪਹਿਲਾਂ ਹੀ ਵੈਸੇ ਆਉਣ ਲੱਗ ਗਿਆ ਸੀ ਫਰਮਾਇਸ਼ਾਂ ਪਹਿਲਾਂ ਹੀ ਆਉਣ ਲੱਗ ਗਈਆਂ ਸੀਗੀਆਂ ਮੇਰੇ ਬਾਈ ਨੇ ਇੱਕ ਨੇ 100 ਰੁਪਇਆ ਮਾਨ ਸਨਮਾਨ ਕੀਤਾ ਨਾਮ ਬਾਈ ਜੀ ਦਾ ਗੁਰਜੀਤ ਕਹਿੰਦਾ ਨਾਮ ਵੀ ਬੋਲਦੀ ਪਰ ਕਹਿੰਦਾ ਯਾਰ ਮੇਰਾ ਦਿਲ ਟੁੱਟਾ ਪਿਆ ਹੈ ਇੱਕ ਟੁੱਟੇ ਦਿਲ ਵਾਲਾ ਜ਼ਰੂਰ ਮੈਂ ਕਿਹਾ ਮਾੜਾ ਜਿਹਾ ਕੇਰਾ ਆਪਾਂ ਦਿਲ ਜੋੜ ਲਈਏ ਉਸ ਤੋਂ ਬਾਅਦ ਟੁੱਟੇ ਦਿਲਾਂ ਵਾਲੇ ਜ਼ਰੂਰ ਸੁਣਾਵਾਂਗੇ ਬਾਈ ਜੀ ਤੇਰੀ ਫਰਮਾਇਸ਼ ਸਿਰ ਮੱਥੇ ਹੈ ਕਿਉਂਕਿ ਹੁਣ ਜਿੰਨਾ ਕੁ ਟੁੱਟ ਗਿਆ ਇਹ ਟੁੱਟ ਗਿਆ ਇਸ ਤੋਂ ਬਾਅਦ ਤਾਂ ਟੁੱਟਦਾ ਨਹੀਂ ਗਾ ਕਿਸੇ ਪੱਖੇ ਦੇ ਕੋਲੇ ਹੋ ਕੇ ਬਹਿ ਜਾ ਤੇ ਜ਼ਰੂਰ ਤੇਰੀਆਂ ਫਰਮਾਇਸ਼ਾਂ ਪੂਰੀਆਂ ਕਰੂੰਗਾ ਮੇਰਾ ਭਾਈ ਪਹਿਲਾਂ ਮਾੜਾ ਜਿਹਾ ਆਪਾਂ ਮਾਹੌਲ ਜਿਹਾ ਬਣਾ ਲਈਏ ਮੇਲੇ ਦਾ ਹੋ ਚਿਰਾਂ ਦੇ ਅਸੀਂ ਵਿਛੜੇ ਮਲਾਤੇ ਮੇਲੇ ਦੇ
ترجمة
ਸਾਰਿਆਂ ਦਾ ਵਿਆਹ ਸਾਰਿਆਂ ਦੇ ਹੁੰਦੇ ਆ ਹੋਏ ਵੀ ਆ ਕਿਸੇ ਨੂੰ ਤਾਂ ਦਾਜ ਦੇ ਵਿੱਚ ਮੋਟਰਸਾਈਕਲ ਮਿਲਦਾ ਕਿਸੇ ਨੂੰ ਲਮਾਰੀ ਮਿਲਦੀ ਆ ਮੈਨੂੰ ਆ ਕਰੇਵਾ ਦੇਤਾ ਭਰਾਵੋ ਪੱਠੇ ਪਾਉਣ ਨੂੰ ਹੋ ਜਾ ਹੁਣ ਭਾਣ ਕੋਲੇ ਉਹ ਤਾਂ ਗੱਡੀ 'ਚ ਚੜ ਗਿਆ ਸੀਗਾ ਆਹਾ ਆ ਜਿੰਨੇ ਜਵਾਕ ਬੈਠੇ ਆ ਉਹ ਤਾਂ ਸਾਹ ਲਓ ਮਾੜਾ ਜਿਹਾ ਯਾਰ ਕਿਹੜਾ ਹੈ ਪੱਖੇ ਭਾਈ ਜਿੰਨੇ ਸਟੇਜ ਵਾਲੇ ਸਾਰੇ ਬੰਦ ਕਰ ਦਿਓ ਕਰੋ ਖਿੱਚ ਦਿਓ ਤਾਰਾਂ ਦੀਆਂ ਹਵਾ ਨਹੀਂ ਕਿਸੇ ਨੂੰ ਮਾਫ਼ ਕਰੋ ਬੰਦ ਗੱਲ ਇਹ ਵੀ ਇਹ ਮੈਡਮ ਦਾ ਸਗਾ ਭਰਾ ਹੈ ਹੁਣ ਇਹਦੇ ਰੰਗ ਦਾ ਇਹਦੇ ਰੰਗ ਦਾ ਫਰਕ ਵੇਖ ਲਓ ਕਿਵੇਂ ਪੈ ਗਿਆ ਆਹ ਥੋੜ੍ਹੀ ਜਿਹੀ ਜ਼ਿਆਦਾ ਚਿੱਟੀ ਜਿਹੀ ਹੋ ਗਈ ਭਾਈ ਧਿਆਨ ਰੱਖੀ ਇੱਧਰ ਆਹ ਵੇਖ ਲਓ ਹੁਣ ਦੱਸਦਾ ਆਇਆ ਮੈਂ ਵੀ ਜਦੋਂ ਇਹਦਾ ਜਨਮ ਹੋਇਆ ਉਦੋਂ ਪੋਹ ਮਾਘ ਸੀ ਠੰਡ ਜੀ ਬਾਹਲੀ ਸੀ ਥੋੜ੍ਹੀ ਦੁੱਧ ਹੀ ਗਰਮ ਕਰ ਕਰਕੇ ਪੀ ਗਈ ਲਾਭ ਸਿਆ ਜਦੋਂ ਇਹਦਾ ਜਨਮ ਹੋਇਆ ਇਹ ਮਾੜੇ ਕਰਮਾਂ ਵਾਲਾ ਮੇਰੇ ਵਾਂਗੂ ਸਾਉਣ ਭਾਦੋਂ ਦੇ ਮਹੀਨੇ 'ਚ ਆ ਕੇ ਜਦੋਂ ਜਿਵੇਂ ਹੁਣ ਤਪਾੜ ਜਾ ਵਰੀ ਜਾਂਦਾ ਲਾਈਟ ਲੂਟ ਵੀ ਨਹੀਂ ਹੁੰਦੀ ਸੀ ਉਦੋਂ ਥੋੜ੍ਹੀ ਕੋਕਾ ਕੋਲੇ ਖਿੱਚੀ ਆਈ ਆਹ ਵੇਖ ਲਓ ਪੈਪਸੀ ਵਾਲੀ ਪੂਰੀ ਦੀ ਪੂਰੀ ਬੋਤਲ ਹੈ ਹੁਣ ਇਹਦਾ ਤੇ ਇਹਦਾ ਫਰਕ ਵੇਖ ਲਓ ਹੈ ਸਕਾ ਇਹ ਪਰ ਜਿੰਨੇ ਜਵਾਕ ਬੈਠੇ ਆ ਇੱਥੇ ਆ ਜਾਓ ਮੇਰੇ ਕੋਲ ਜੇ ਪਿੱਛੇ ਹਵਾ ਨਹੀਂ ਲੱਗਦੀ ਨਹੀਂ ਤਾਂ ਮਾਸੀ ਦਿਸਦੀ ਰਹੂ ਅਤੇ ਨਾਲ ਪੁੱਤ ਤੁਹਾਡਾ ਮਾਮਾ ਵੀ ਆਇਆ ਇੱਥੇ ਇਹਦੀ ਭੂਆ ਅਤੇ ਜਿੰਨੇ ਚਟੀਆਂ ਹੀ ਆ ਦਾੜੀਆਂ ਨੇ ਸਾਰੇ ਹੱਥ ਮਾਰ ਲਓ ਦਾੜੀਆਂ ਦੇ ਸਾਰੇ ਇਹਦੇ ਫੁੱਫੜਾ ਭੂਆ ਇਹਦੀ ਇੱਕ ਹੀ ਇੱਥੇ ਜਿਹਨਾਂ ਦੇ ਕਾਫੀ ਕਲਾਕਾਰਾਂ ਨੇ ਗੀਤ ਗਾਏ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਇਸ ਮੇਲਾ ਕਮੇਟੀ ਵੱਲੋਂ ਕਾਫੀ ਸਾਰਾ ਹੌਸਲਾ ਨਾਮ ਸਾਡੇ ਸੈਕਟਰੀ ਸਾਹਿਬ ਕੋਲ ਹੈ ਸਾਰਿਆਂ ਦੇ ਬੋਲੂ ਪਰ ਕਈ ਵਾਰ ਇਹ ਬੰਦੇ ਨੂੰ ਐਂ ਹੋ ਜਾਂਦਾ ਯਾਰ ਇਹਨਾਂ ਦੇ ਨਾਂ ਜ਼ਿਆਦਾ ਬੋਲੀ ਜਾਂਦੇ ਆ ਉਹਨਾਂ ਦੇ ਸੌਂਗ ਵੀ ਜ਼ਿਆਦਾ ਆਈ ਜਾਂਦੇ ਆ ਬਸ ਆਹੀ ਚੱਕਰ ਹੈ ਕਈ ਵਾਰ ਬੰਦਾ ਵਹਿਮ 'ਚ ਰਹਿ ਜਾਂਦਾ ਮੇਰਾ ਬਾਈ ਟੁੱਟੇ ਦਿਲ ਵਾਲਾ ਉਹਦਾ ਵੀ ਮੈਂ ਜ਼ਰੂਰ ਪੂਰਾ ਕਰਦਾ ਆਹ ਗਾ ਕੇ ਹੁਣੇ ਕਿਉਂਕਿ ਬਾਈ ਵੱਲੋਂ ਫੇਰ ਮਾਣ ਸਨਮਾਨ ਆਇਆ ਬਾਈ ਜੀ ਜ਼ਰੂਰ ਕਿਉਂਕਿ ਜੇ ਤੂੰ ਨਾ ਖੁਸ਼ ਹੋਇਆ ਤਾਂ ਫਿਰ ਆ ਜਾ ਮੇਰਾ ਜਿਹੜਾ ਦਿਲ ਕਰੇ ਤੇਰੀ
क्योंकि थोड़े हौसले नाल थोड़े आसरे नाल सहारे नाल ही गर्मी बहुत है वैसे गर्मी दे विच बैठना भी बहुत औखा है जदों कन्ना चों सेक निकली जांदा होवे ना तो गीत गूत चंगे नहीं लगदे होंदे सच्चाई दी गल ते है क्योंकि हुण तक मेले ही वेखे है पंडाल दे विच बैठ के बहुत औखा बैठना पर जिन्ना कि चिर भी समा हैगा थोड़े कोले तुसीं बैठे हो थोड़े नाल ही असीं हैं पर लोक कथा दीआं कुछ फरमाइशां साडे बापू जी बैठे है और ਸਾਡਾ ਭਾਈ ਇੱਕ ਟੁੱਟੇ ਦਿਲ ਵਾਲਾ ਬੈਠਾ ਹੈ ਕਹਿੰਦਾ ਨਾਲ ਨਾਲ ਬੋਲੀ ਚੱਲੀ ਜਿੰਨੇ ਜਿੰਨੇ ਪੈਸੇ ਦਿੰਦਾ 100 ਰੁਪਇਆ ਪਹਿਲਾਂ ਭੇਜਿਆ ਭਰਾਵਾ 50 ਮਗਰੋਂ ਭੇਜਿਆ 150 ਆਇਆ ਤੇਰਾ ਸਿਰ ਮੱਥੇ ਬਾਈ ਜੀ ਤੇਰੀ ਜਿਹੜੀ ਫਰਮਾਇਸ਼ ਹੈ ਉਹ ਹੁਣੀ ਸੁਣਾਉਣਾ ਮੈਂ ਕਿਉਂਕਿ ਦਿਲ ਪਹਿਲੇ ਟੁੱਟਿਆ ਪਿਆ ਜੇ ਜਿਆਦਾ ਹੀ ਖਿਲਰ ਗਿਆ ਤਾਂ ਕੰਮ ਔਖਾ ਹੋ ਜੂ ਮੇਲੇ ਚੋਂ ਮੁੜ ਕੇ ਚੁੱਕਿਆ ਨਹੀਂ ਜਾਣਾ ਹੁੰਦਾ ਔਰ ਤੁਸੀਂ ਸਾਰੇ ਇਸ ਕੈਮਰੇ ਦੀ ਅੱਖ ਦੇ ਵਿੱਚੋਂ ਟੀਵੀ 15 ਲਾਈਵ ਸਾਡੇ ਪੱਟੀ ਸਾਹਿਬ ਜਿਹੜਾ ਕਿ ਅੱਜ ਇਹ ਪ੍ਰੋਗਰਾਮ ਆਪਣਾ ਲਾਈਵ ਚੱਲ ਰਿਹਾ ਤੇ ਤੁਸੀਂ ਬਹਿ ਕੇ ਆਨੰਦ ਮਾਣ ਰਹੇ ਹੋ ਗਰਮੀ ਦੇ ਵਿੱਚ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਲੋ ਸਾਡਾ ਭਾਈ ਟੁੱਟੇ ਦਿਲ ਵਾਲਾ ਉਸ ਤੋਂ ਬਾਅਦ ਸਾਡੇ ਸੈਕਟਰੀ ਸਾਹਿਬ ਨੂੰ ਮੈਂ ਹਾਂ ਦੋ ਮਿੰਟ ਉਹ ਟੁੱਟੇ ਦਿਲ ਵਾਲੇ ਕੋਲੇ ਹੋਰ 150 ਰੁਪਇਆ ਹੈਗਾ ਕਢਾ ਲਗੇ ਯਾਰ ਸਾਡੇ ਬਾਈ ਨੇ ਫਰਮਾਇਸ਼ ਵੀ ਵਿਚਾਰੇ ਨੇ ਇਹੋ ਜੀ ਕੀਤੀ ਆ ਇੱਕ ਨਾਲ ਲਾ ਕੇ ਮੁੰਡਾ ਮਾਰਦਾ ਸੀ ਤਾਂ ਹਾਂ ਇੱਕ ਬੋਤਲ ਤੇ ਤੇਰੀ ਤਸਵੀਰ ਨਾਲ ਦੇ ਕਿਉਂਕਿ ਮੇਲਿਆਂ ਦੇ ਵਿੱਚ ਫਰਮਾਇਸ਼ਾਂ ਹੁੰਦੀਆਂ ਸਿਫਾਰਿਸ਼ਾਂ ਹੁੰਦੀਆਂ ਇੱਕ ਮਾਝੇ ਦੀ ਮੋਮਬੱਤੀ ਦੀ ਫਰਮਾਇਸ਼ ਆਈ ਆ ਉਹ ਵੀ ਜ਼ਰੂਰ ਗਾਵਾਂਗੇ ਦਿਨੇ ਆਪਣੇ ਕੋਲੇ ਜਦੋਂ ਉਹ ਦੀਵਾ ਚੱਲੀ ਜਾਂਦਾ ਮੈਂ ਕਿਹਾ ਜਦੋਂ ਹਨੇਰਾ ਜਾਊਗਾ ਮੋਮਬੱਤੀ ਉਦੋਂ ਲਾਵਾਂਗੇ ਲੋ ਪਹਿਲਾਂ ਸਾਡੇ ਬਾਈ ਦੀ ਫਰਮਾਇਸ਼ ਉਸ ਤੋਂ ਬਾਅਦ ਸਾਡੇ ਬਾਪੂ ਦੀ ਫਰਮਾਇਸ਼ ਆ ਲੋਕ ਤੱਕ ਸੱਚੀਆਂ ਤੇ ਸੁੱਚੀਆਂ ਗੱਲਾਂ ਹੁੰਦੀਆਂ ਕਿਸੇ ਕਿਸੇ ਨੂੰ ਹਾਜ਼ਮੇ ਆਉਂਦੀਆਂ ਜਿਹਨੂੰ ਹਾਜ਼ਮੇ ਆ ਜਾਣ ਉਹਨੂੰ ਕਦੇ ਬਾਅਦ ਹਾਜ਼ਮਾ ਨਹੀਂ ਹੁੰਦਾ ਲੋ ਪਹਿਲਾਂ ਟੁੱਟੇ ਦਿਲ ਉਸ ਤੋਂ ਬਾਅਦ ਦੁਗਾਣੇ ਵੀ ਚੱਲਦੇ ਰਹਿਣਗੇ ਨਾਲ ਲੋਕ ਤੱਕ ਵੀ ਆ ਜਾ ਬਹਿ ਜਾ ਨਾਲ ਦੇਸਣਾ ਮਾ ਤੈਨੂੰ ਗੱਲ ਨਹੀਂ ਕਿਸੇ ਪਿੰਡ ਵਿੱਚ ਕਾਦੇ ਨਹੀਂ ਆ ਜਾ ਬਹਿ ਜਾ ਨਾਲ ਦੇਸਣਾ ਮੈਂ ਤੈਨੂੰ ਗੱਲ ਨਹੀਂ ਹਾਹਾਕਾਰ ਮੱਚ ਕਿਸੇ ਪਿੰਡ ਵਿੱਚ ਕਾਦੇ ਨਹੀਂ ਤੇਰੀ ਡੋਲੇ ਚਾਲ ਪਿੱਛੇ ਉੱਚੀ ਉੱਚੀ ਰੋਇਆ ਤੇਰਾ ਨਾਂ ਲੈ ਕੇ ਹਾਈ ਨੇ ਉੱਚੀ ਉੱਚੀ ਰੋਇਆ ਸਾਨੂੰ ਫੇਰ ਪਤਾ ਲੱਗਿਆ ਅਖੀਰ ਨਾਲ ਦੇ ਇੱਕ ਨਾਲ ਲਾ ਕੇ ਮੁੰਡਾ ਮਾਰਦਾ ਸੀ ਤਾਂ ਇੱਕ ਬੋਤਲ ਤੇ ਤੇਰੀ ਤਸਵੀਰ ਨਾਲ ਦੇ ਇੱਕ ਨਾਲ ਲਾ ਕੇ ਪੈੜਾ ਮਾਰਦਾ ਸੀ ਤਾਂ ਇੱਕ ਬੋਤਲ ਤੇ ਤੇਰੀ ਤਸਵੀਰ ਨਾਲ ਹੁੰਦੇ ਕਾਲ ਲੋਹੀ ਉਸ ਦੀ ਨੂੰ ਆਖਦੇ ਨੇ ਸਾਰੇ ਜਿਹੜੀ ਮਾਪਿਆਂ ਦੇ ਪੈਰੀ ਪੱਗ ਰੋੜਦੀ ਹੁੰਦਾ ਜਾਂਦੀ ਮਰ ਜਾਂਦੀ ਜਾਂ ਕੁੰਡੇ ਦੇ ਮਾਲੀ ਖੋਲਦੀ ਸਾਰਾ ਪਿੰਡ ਉਂਗਲਾ ਕਰੇ ਨੀ ਸਾਡੇ ਘਰ ਵੱਲ ਸਾਰਾ ਪਿੰਡ ਉਂਗਲਾ ਕਰੇ ਨੀ ਸਾਡੇ ਘਰ ਵੱਲ ਕਿੱਦਾਂ ਤੂੰ ਕਲੇ ਜਾ
ਫਰਮਾਇਸ਼ਾਂ ਆਉਂਦੀਆਂ ਉਹ ਪੂਰੀਆਂ ਕਰਨੀਆਂ ਪੈਂਦੀਆਂ ਔਰ ਸਾਡੇ ਪਰਿਵਾਰ ਨੂੰ ਸਾਨੂੰ ਬਹੁਤ ਪਿਆਰ ਬਖਸ਼ਿਆ ਤੁਸੀਂ ਭਾਈ ਧਰਮਪ੍ਰੀਤ ਨੂੰ ਬੜਾ ਪਿਆਰ ਦਿੱਤਾ ਹੈ ਮਰ ਕੇ ਵੀ ਤੁਸੀਂ ਉਹਨੂੰ ਜਿਉਂਦਾ ਰੱਖੀ ਬੈਠੇ ਆ ਤੁਹਾਡਾ ਦੇਣ ਕਿਤੇ ਦੇ ਨਹੀਂ ਸਕਦੇ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਲਓ ਜੀ ਲੋਕ ਤਾਂ ਹੋ ਵਿੱਚ ਪਿੰਡ ਦੇ ਬੰਦੇ ਦੀ ਜੈ ਵਿੱਚ ਤੇ ਖਟ ਜਾਵੇ ਲੋੜ ਪਈ ਤੇ ਸੱਜਣ ਮਿੱਤਰ ਪਾਸਾ ਵੱਟ ਜਾਵੇ